ਕਈ 11 ਵੇਲੇ ਦੇ ਮੈਸੇਜ ਆਏ, ਫੋਨ ਵੀ ਆਏ ਮੈਨੂੰ ਉਹਨਾਂ 11 ਵੇਲੇ ਦੇ ਮੈਸੇਜ ਫੋਨ ਆਏ ਜਿਹੜੇ ਪਲੱਸ ਟੂ 'ਚ ਫੇਲ ਹੋ ਗਏ, ਪਾਸ ਹੋਏ ਤਾਂ ਮੈਨੂੰ ਕਿਸੇ ਦਾ ਫੋਨ ਮੈਸੇਜ ਨਹੀਂ ਆਇਆ। ਉਹ ਕਹਿੰਦੇ ਵੀ ਅਸੀਂ ਬੜੇ ਵਧੀਆ ਪੇਪਰ ਕਰੇ ਸੀ, ਅਸੀਂ ਫੇਲ ਕਰਤੇ, ਸੋ ਬਾਬੇ ਪਲੱਸ ਟੂ ਦਾ ਰਿਜ਼ਲਟ ਆ ਗਿਆ, ਬਹੁਤ ਮਾੜਾ ਰਿਜ਼ਲਟ ਆਇਆ, ਬਹੁਤ ਬੱਚੇ ਫੇਲ ਕਰਤੇ। ਸੋ ਕੈਪਟਨ ਦੀ ਸਰਕਾਰ 'ਚ ਇਹੀ ਹੁੰਦਾ ਬਾਬੇ ਉਹ, ਕਿ ਜ਼ਿਆਦਾ ਜ਼ਿਆਦਾ ਬੱਚੇ ਫੇਲ ਕੀਤੇ, ਬੱਚੇ ਪਲੱਸ ਟੂ 'ਚ ਫੇਲ ਹੋ ਗਏ। ਸੋ ਬਾਬੇ ਉਹ ਘਬਰਾਉਣ ਦੀ ਕੋਈ ਲੋੜ ਨਹੀਂ, ਠੀਕ ਆ ਬਾਬੇ, ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਟੈਨਸ਼ਨ ਲੈ ਨਾ, ਕੁਛ ਨਹੀਂ ਬਣਦਾ। ਇਹ ਕਿਹੜਾ ਕੁੰਭ ਦਾ ਮੇਲਾ ਵੀ 12 ਸਾਲ ਬਾਅਦ ਆਊਗਾ, ਦੁਬਾਰੇ ਫੇਰ ਦਾਖਲਾ ਭਰ ਦਿਓ, ਅਗਲੀ ਵਾਰ ਪਾਸ ਹੋ ਜਾਊਗੇ। ਜਿਹੜੇ ਫੇਲ ਕਰਾਏ ਨੇ ਸਾਰੇ ਬੱਚੇ ਸੋਸ਼ਲ ਮੀਡੀਆ ਨੇ ਫੇਲ ਕਰਾਏ ਨੇ ਬਾਬੇ, ਉਹ ਪੇਪਰਾਂ 'ਚ ਤੁਸੀਂ ਫੋਨ ਲੈ ਕੇ ਇੰਸਟਾਗ੍ਰਾਮ ਸਨੈਪਚੈਟ ਫੇਸਬੁੱਕ ਵਟਸਐਪ ਲੱਗੇ ਰਹਿੰਦੇ ਸੀ, ਕਈ ਆਪਦੀ ਸਹੇਲੀਆਂ ਨਾਲ ਲੱਗੇ ਰਹਿੰਦੇ ਸੀਗੇ, ਇੱਕ ਕੁਸ਼ਚਨ ਯਾਦ ਕੀਤਾ ਫੇਰ ਫੋਨ ਚੱਕ ਲਿਆ, ਇੱਕ ਕੁਸ਼ਚਨ ਯਾਦ ਕੀਤਾ ਫੇਰ ਫੋਨ ਚੱਕ ਲਿਆ। ਸੋ ਬਾਬੇ ਤਾਂ ਕਰਕੇ ਫੇਲ ਹੋ ਗਏ। ਜਦੋਂ ਅਸੀਂ ਪੜ੍ਹਦੇ ਹੁੰਦੇ ਪਲੱਸ ਟੂ 'ਚ ਉਦੋਂ ਬਾਬੇ ਫੋਨ ਤਾਂ ਹੁੰਦੇ ਸੀ, ਬਟ ਆ ਫੇਸਬੁੱਕ ਸੋਸ਼ਲ ਮੀਡੀਆ ਬਾਰੇ ਕੋਈ ਇੰਨਾ ਕੋਈ ਯੂਜ਼ ਨਹੀਂ ਸੀ ਕਰਦਾ, ਤਾਂ ਕਰਕੇ ਅਸੀਂ ਪਾਸ ਪੂਸ ਹੋ ਗਏ ਸੀ, ਫੇਲ ਫੂਲ ਹੋ ਜਾਂਦੇ। ਸੋ ਬਾਬੇ ਉਹ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਸੋ ਅਗਲੀ ਵਾਰ ਜਦੋਂ ਤੁਹਾਡੇ ਪੇਪਰ ਹੋਣਗੇ, ਫੋਨ 1 ਮਹੀਨਾ ਫੋਨ ਇੱਕ ਪਾਸੇ ਧਰ ਦਿਓ, ਪੇਪਰਾਂ ਦੇ ਵਿੱਚ 1 ਮਹੀਨਾ ਕੋਈ ਫੋਨ ਨਹੀਂ ਯੂਜ਼ ਕਰਨਾ, ਤੁਸੀਂ ਪੱਕਾ ਪਾਸ ਹੋ ਜਾਓਗੇ ਬਾਬੇ, ਕੋਈ ਚੱਕਰ ਇਸ ਵਾਰ ਜਿਹੜਾ ਹੋਣਾ ਸੀ ਹੋ ਗਿਆ। ਸੋ ਅਗਲੀ ਵਾਰ ਮਿਹਨਤ ਕਰੋ, ਠੀਕ ਹੈ। ਜਿਹੜਾ ਇਹ ਸੋਸ਼ਲ ਮੀਡੀਆ ਨੁਕਸਾਨ ਵੀ ਕਰਦਾ ਫਾਇਦੇ ਵੀ ਕਰਦਾ। ਸੋਸ਼ਲ ਮੀਡੀਆ ਮਤਲਬ ਕਿ ਪੜ੍ਹਨ ਵਾਲੇ ਬੱਚਿਆਂ ਵਾਸਤੇ ਨੁਕਸਾਨਦਾਇਕ ਹੀ ਹੈ ਪੇਪਰਾਂ ਵੇਲੇ, ਠੀਕ ਹੈ। ਸੋਸ਼ਲ ਮੀਡੀਆ ਫੋਨ ਯੂਜ਼ ਨਹੀਂ ਕਰਨਾ ਚਾਹੀਦਾ। ਸੋ ਇਸ ਬਾਰੇ ਨੇ ਕੁਝ ਸੋਸ਼ਲ ਮੀਡੀਆ ਨੇ ਫਾਇਦੇ ਵੀ ਕੀਤੇ ਨੇ ਬਾਬਿਓ। ਦੇਖੋ ਕਣਕਾਂ ਨੂੰ ਅੱਗ ਹਰ ਸਾਲ ਲੱਗਦੀ ਸੀ, ਕੁਛ ਕੋਈ ਪਤਾ ਨਹੀਂ ਸੀ ਲੱਗਦਾ ਕਿੱਥੇ ਅੱਗ ਲੱਗੀ, ਜੇ ਵੋ ਕੁਛ ਨਹੀਂ ਸੀ ਪਤਾ ਲੱਗਦਾ, ਬਟ ਇਸ ਵਾਰ ਇੰਨੀਆਂ ਵੀਡੀਓ ਵਾਇਰਲ ਹੋਈਆਂ, ਠੀਕ ਹੈ, ਕਿ ਆਹ ਕਿਸਾਨ ਦੀ ਅੱਗ ਕਣਕ ਮੱਚ ਗਈ, ਆਹ ਦੀ ਮੱਚ ਗਈ। ਸੋ ਉਹਨਾਂ ਵੀਰਾਂ ਦਾ ਬਾਬਿਓ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ, ਬਾਹਰੋਂ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਆਪਣੇ ਇੰਡੀਆ 'ਚੋਂ ਵੀ ਬਹੁਤ ਜ਼ਿਆਦਾ। ਮੁਹੱਬਤ ਸੀ ਕੇ ਹਮਸੇ, ਵਾਹ 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 ਵਾਹ, ਕਿਸੀ ਔਰ ਸੇ ਨਿਭਾ ਰਹੇ ਹੋ, ਵਾਹ ਵਾਹ ਵਾਹ, ਉਸਕੋ ਵੀ ਸੱਚਾ ਕਰਤੇ ਜਾਂ ਫੁੱਦੂ ਬਣਾ ਰਹੇ ਹੋ। ਹੈਲੋ ਭਾਈ, ਬਿਜਲੀ ਬੋਰਡ ਤੋਂ ਬੋਲਦੇ ਆ ਜੀ? ਨਹੀਂ, ਹਲਵਾਈਆਂ ਦੇ ਬੋਲ ਰਹੇ ਆ ਨਾ, ਬਿਜਲੀ ਬੋਰਡ ਨੂੰ ਫੋਨ ਲਾਇਆ, ਬਿਜਲੀ ਬੋਰਡ ਤੋਂ ਹੀ ਬੋਲਾਂਗੇ। ਭਾਈ ਆ ਮੋਟਰ ਵਾਲੀ ਲਾਈਟ ਕਦੋਂ ਛੱਡਣੀ ਆ ਜੀ? ਇੱਕ ਮਿੰਟ ਖੜ ਦੇਖ ਕੇ ਦੱਸਦਾ, 3 ਘੰਟੇ ਦੇ ਵਿੱਚ ਵਿੱਚ। ਤੇ ਭਾਈ ਘਰ ਵਾਲੀ? ਕੀ ਘਰ ਵਾਲੀ ਤੋਂ ਕੀ ਮਤਲਬ ਆ ਇੱਧਰ? ਓ ਭਾਈ, ਮੈਂ ਘਰ ਵਾਲੀ ਲਾਈਟ ਦੀ ਗੱਲ ਕਰਦਾ। ਓ ਅੱਛਾ ਅੱਛਾ ਅੱਛਾ, ਉਹ ਗਲਤੀ ਲੱਗ ਜਾਂਦੀ ਹੁੰਦੀ ਆ, ਉਹ ਛੱਡ ਦਿੰਦੇ ਆ, ਉਹ ਵੀ ਕੋਈ ਗੱਲ ਨਹੀਂ, 4-5 ਘੰਟਿਆਂ ਦੇ ਵਿੱਚ ਵਿੱਚ। ਤੈਨੂੰ ਤੇਰੀ ਗਰਲਫ੍ਰੈਂਡ ਕਿਉਂ ਛੱਡ ਗਈ? ਮੈਨੂੰ ਕਹਿੰਦੀ ਲੜਨਾ ਪਿਆਰ ਵੱਧਦਾ, ਤੇ ਫੇਰ ਮੈਂ ਝੰਬੜਤੀ। ਕੈਰਮ ਬੋਰਡ ਖੇਡਦੇ ਕੇ ਮਰਦ ਖੇਡਦਾ ਖਤਰਿਆਂ ਨਾਲ, ਜਿੱਤੇ ਦੀ ਜੱਟ ਨਾਲ।